ਪ੍ਰੈਜ਼ੀਡੈਂਟ ਆ ਰਹੇ ਨੇ ਜੀ, ਬਹੁਤ ਅੱਛਾ ਇਕੱਠ ਹੈ ਔਰ ਅੱਛਾ ਮਾਹੌਲ ਹੈ ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਾਂਗਰਸ ਪੰਜਾਬ ਦੇ ਵਿੱਚ ਦ੍ਰਿੜਤਾ ਦੇ ਨਾਲ ਲੜੇਗੀ ਔਰ ਪੰਜਾਬ ਦੇ ਮੁੱਦੇ ਚੱਕ ਕੇ ਔਰ ਖਾਸ ਤੌਰ ਤੇ ਜੋ ਇੰਡੀਆ ਦੇ ਵਿੱਚ ਜੋ ਇਸ ਵਕਤ ਜਿਵੇਂ ਕਹਿ ਦਿਆ ਥਿਓਕ੍ਰੈਟਿਕ ਸਟੇਟ ਬਣਨ ਜਾ ਰਿਹਾ ਭਾਰਤ ਇੰਡੀਆ, ਭਾਵ ਕਿ ਮਜ਼ਹਬ ਦੇ ਨਾਮ ਦੇ ਉੱਤੇ ਜਿਵੇਂ ਸਾਊਦੀ ਅਰੇਬੀਆ, ਜਿਵੇਂ ਪਾਕਿਸਤਾਨ, ਜਿਵੇਂ ਇੰਡੋਨੇਸ਼ੀਆ, ਇਹ ਆਉਣ ਵਾਲੇ ਸਮੇਂ ਦੀ ਖਤਰੇ ਦੀਆਂ ਘੰਟੀਆਂ ਵੱਜਣ ਲੱਗ ਗਈਆਂ, ਵਿਸ਼ੇਸ਼ ਤੌਰ ਤੇ ਘੱਟ ਗਿਣਤੀਆਂ ਲਈ, ਮੁਸਲਮਾਨਾਂ ਲਈ, ਸਿੱਖਾਂ ਲਈ, ਈਸਾਈਆਂ ਲਈ, ਦਲਿਤਾਂ ਲਈ। ਜਿਸ ਢੰਗ ਦੇ ਨਾਲ ਉੱਤਰਾਖੰਡ ਵਿੱਚ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਲਾਗੂ ਕਰ ਦਿੱਤਾ ਵਾ, ਇਹ ਭਵਿੱਖ ਵਿੱਚ ਸਾਰੇ ਭਾਰਤ 'ਚ ਹੋਊਗਾ, ਦੇਸ਼ ਵਿੱਚ ਹੋਵੇਗਾ, ਜਿਹਦੇ ਨਾਲ ਸਾਡੇ ਜਿਹੜੇ ਧਾਰਮਿਕ ਅਧਿਕਾਰ ਆ ਉਹ ਸਾਡੇ ਖੋਏ ਜਾਣਗੇ। ਇਹ ਹਲੇ ਸ਼ੁਰੂਆਤ ਆ। ਸੋ ਕਿੱਦਾਂ ਇੰਡੀਆ ਨੂੰ ਆਉਣ ਵਾਲੇ ਸਮੇਂ 2024 ਦੀ ਚੋਣ ਵਿੱਚ ਇੱਕ ਕੌਂਸਟੀਟਿਊਸ਼ਨ ਦੇ ਅਧੀਨ ਚਲਾਉਣਾ ਵਾ, ਇੱਕ ਜਮਹੂਰੀਅਤ ਸਹੀ ਤਰੀਕੇ ਨਾਲ ਚੱਲੇ, ਸਾਡਾ ਦੇਸ਼ ਪਾਕਿਸਤਾਨ ਨਾ ਬਣ ਜਾਏ, ਸਾਡਾ ਦੇਸ਼ ਬੰਗਲਾਦੇਸ਼ ਨਾ ਬਣ ਜਾਏ, ਤਾਂ ਕਰਕੇ ਸਾਡੇ ਲੀਡਰਾਂ ਨੇ ਦਿੱਲੀ 'ਚ ਇੰਡੀਆ ਅਲਾਇੰਸ ਗੱਠਜੋੜ ਘੜਿਆ ਵਾ ਔਰ ਖੜਗੇ ਸਾਹਿਬ ਇਸ ਦੇਸ਼ ਦੇ ਪੁਰਾਣੇ ਕਦਾਵਰ ਆਗੂ ਨੇ, ਉਹ ਅੱਜ ਇੱਥੇ ਪਹੁੰਚ ਰਹੇ ਨੇ। ਔਰ ਇਹਦੇ ਨਾਲ ਨਾਲ ਇੱਕ ਸਵਾਲ ਮੈਂ ਅਕਾਲੀ ਦਲ ਨੂੰ ਪੁੱਛਣਾ ਚਾਹੁੰਦਾ, ਸੁਖਬੀਰ ਸਿੰਘ ਬਾਦਲ ਨੂੰ, ਕਿ ਤੁਸੀਂ ਹੁਣ ਭਾਜਪਾ ਨਾਲ ਇਕੱਠੇ ਹੋਣਾ ਚਾਹੁੰਦੇ ਹੋ ਤੇ ਫਿਰ ਛੱਡਿਆ ਕਾਹਦੇ ਲਈ ਸੀਗਾ? ਤੁਸੀਂ ਛੱਡਿਆ ਇਸ ਲਈ ਸੀਗਾ ਕਿ ਮਿਨੀਮਮ ਸਪੋਰਟ ਪ੍ਰਾਈਸ ਦਾ ਜਦੋਂ ਸੰਘਰਸ਼ ਚੱਲਿਆ ਕਿਸਾਨਾਂ ਦਾ, 600-700 ਕਿਸਾਨ ਮਰ ਗਿਆ, ਲੱਖਾਂ ਉੱਥੇ ਬੈਠੇ ਰਹੇ, ਉਹਨਾਂ ਦੀ ਬੇਕਦਰੀ ਹੋਈ, ਤੁਸੀਂ ਅਸਤੀਫਾ ਦਿੱਤਾ ਹਰਸਿਮਰਤ ਕੌਰ ਜੀ ਨੇ ਉੱਥੋਂ, ਤੇ ਹੁਣ ਤਾਂ ਕੁਛ ਬਦਲਿਆ ਨੀਗਾ, ਕਿਸਾਨ ਤਾਂ ਫਿਰ ਕੁਛ ਕਰ ਰਹੇ ਨੇ ਦਿੱਲੀ ਵੱਲ ਨੂੰ, ਇੱਕ ਵਾਰ ਫਿਰ ਧਰਨੇ ਲਾਉਣ ਜਾ ਰਹੇ ਨੇ ਦਿੱਲੀ, ਚਲੋ ਉਹਦਾ ਕਾਲ ਦਿੱਤੀ 13 ਫਰਵਰੀ ਦੀ। ਤੁਸੀਂ ਕਿਹੜੇ ਆਧਾਰ ਦੇ ਨਾਲ ਅੱਜ ਬੀਜੇਪੀ ਦੇ ਨਾਲ ਗੱਠਜੋੜ? ਸਿਰਫ ਕੀ ਕਹਿੰਦੇ ਓਪਰਚੁਨਿਸਟ ਪੋਲਿਟਿਕਸ, ਇੱਕ ਮੌਕਾ ਪ੍ਰਸਤੀ ਦੀ ਰਾਜਨੀਤੀ ਦਾ ਸਬੂਤ ਜਾ ਰਹੇ? ਔਰ ਸੁਖਬੀਰ ਬਾਦਲ, ਦੋ ਤਿੰਨ ਗੱਲਾਂ ਦਾ ਜਵਾਬ ਅਸੀਂ ਮੰਗਦੇ, ਮੈਂ ਨਹੀਂ ਮੰਗਦਾ, ਇੱਕ ਦੱਸਣ ਕਿ ਉਹਨਾਂ ਦਾ ਯੂਨੀਫਾਰਮ ਸਿਵਲ ਕੋਡ ਦੇ ਉੱਤੇ ਉਹਨਾਂ ਦਾ ਕੀ ਸਟੈਂਡ ਹੈ, ਦੂਸਰਾ ਦੱਸਣ ਕਿ ਜਿਹੜਾ ਸਿਟੀਜ਼ਨ ਅਮੈਂਡਮੈਂਟ ਐਕਟ ਲੈ ਕੇ ਆ ਰਿਹਾ ਬੀਜੇਪੀ ਸ਼ੋਰਟਲੀ ਪਾਰਲੀਮੈਂਟ 'ਚ, ਉੱਥੇ ਉਹਨਾਂ ਦਾ ਕੀ ਸਟੈਂਡ ਹੈ, ਤੀਸਰਾ ਦੱਸਣ ਕਿ ਜੰਮੂ ਕਸ਼ਮੀਰ ਨੂੰ ਜਦੋਂ ਤੋੜਿਆ ਗਿਆ ਸੀਗਾ ਉਹਨਾਂ ਨੇ, ਜਿਹੜੇ ਕਹਿੰਦੇ ਇੱਕ ਵੱਧ ਅਧਿਕਾਰਾਂ ਦੀ ਲੜਾਈ ਲੜਦਾ ਸ਼੍ਰੋਮਣੀ ਅਕਾਲੀ ਦਲ, ਤੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਦੋ ਟੋਟੇ ਹੋ ਕੇ ਯੂਟੀ ਬਣਿਆ, ਉਹਨਾਂ ਨੇ ਵੋਟਾਂ ਬੀਜੇਪੀ ਨੂੰ ਕਿਉਂ ਪਾਈਆਂ ਉਸ ਵਕਤ? ਤੇ ਨਾਲ ਇਹ ਵੀ ਦੱਸ ਦੇਣ ਕਿ ਜਿਹੜਾ ਇਸ ਵਕਤ ਕਿਸਾਨਾਂ ਦਾ ਸੰਘਰਸ਼ ਆ ਔਰ ਜਿਹੜੀ ਸਿੱਖਾਂ ਦੀ ਹੋਂਦ ਜਿਹਦੀ ਕਹਿੰਦੇ ਅਸੀਂ ਪੈਰਵਾਈ ਕਰਦੇ ਹਾਂ, ਕੀ ਉਹ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਮਹਿਫੂਜ਼ ਹੈ? ਬਸ ਇੰਨੀ ਗੱਲ ਪੁੱਛਣੀ ਆ, ਅਗਰ ਉਹ ਸਮਝਦੇ ਨੇ ਕਿ ਮਹਿਫੂਜ਼ ਆ ਫਿਰ ਉਹ ਲੜਨ ਅਗਲੇ ਪਾਸੇ। ਪਰ ਜੇ ਕੇਵਲ 2+2=4 ਨਹੀਂ ਹੁੰਦਾ ਰਾਜਨੀਤੀ ਵਿੱਚ, ਕਿਉਂਕਿ ਜਦੋਂ ਇਹ ਭਾਜਪਾ ਦੇ ਨਾਲ ਗੱਠਜੋੜ ਕਰਨਗੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਆ ਅਰਸੇ ਤੋਂ, ਚਾਹੇ ਉਹ NSA ਵਰਗੇ ਕਾਲੇ ਕਾਨੂੰਨ ਲਾਏ ਜਾ ਰਹੇ ਨੇ ਸਾਡੇ ਨੌਜਵਾਨਾਂ ਤੇ, ਚਾਹੇ ਵਿਦੇਸ਼ਾਂ ਵਿੱਚ ਡੀਪ ਸਟੇਟ ਏਜੰਸੀਆਂ ਉੱਥੇ ਦੂਜੇ ਮੁਲਕਾਂ ਵਿੱਚ ਪਹੁੰਚ ਕੇ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਰ ਰਹੀਆਂ, ਇਹਨਾਂ ਸਾਰੀਆਂ ਗੱਲਾਂ ਤੇ ਸੁਖਬੀਰ ਬਾਦਲ ਨੂੰ ਸੋਚਣਾ ਪਵੇਗਾ। ਔਰ ਗੁਰਦੇਵ ਜਥੇਦਾਰ ਗੁਰਦੇਵ ਸਿੰਘ ਕੌਨਕੇ ਨੂੰ ਅਕਾਲੀ ਦਲ ਦੀ ਇਨਸਾਫ ਨੇ ਸਰਕਾਰ ਨੇ 15 ਸਾਲ ਰਹੀ ਆ ਉਹਦੇ ਉਹਦੀ ਐਲੀਮੀਨੇਸ਼ਨ ਤੋਂ ਬਾਅਦ, ਉਹਨਾਂ ਨੂੰ ਉਹਨਾਂ ਦੀ ਰਿਪੋਰਟ ਕਿਉਂ ਨੱਪ ਕੇ ਬੈਠੇ ਸੀਗੇ? ਮੈਂ ਨਹੀਂ ਸਮਝਦਾ ਕਿ ਸਿੱਖ ਕੋਈ ਐਡੇ ਅਨਪੜ੍ਹ ਨੇ ਜਾਂ ਉਹਨਾਂ ਨੂੰ ਇਹਨਾਂ ਗੱਲਾਂ ਦਾ ਅਹਿਸਾਸ ਨਹੀਂ, ਇਹਨਾਂ ਸਾਰੀਆਂ ਗੱਲਾਂ ਦਾ ਅਹਿਸਾਸ ਜਵਾਬ ਦੇਣਾ ਪਵੇਗਾ। ਹੁਣ ਆ ਗਈ ਗੱਲ ਜਿਹੜਾ ਇਸ ਵਕਤ ਕੇਜਰੀਵਾਲ ਦੀ ਪਾਰਟੀ, ਦੇਖੋ ਕੇਜਰੀਵਾਲ ਸਾਹਿਬ ਖੜਗੇ ਸਾਹਿਬ ਨੂੰ ਦਿੱਲੀ ਤਾਂ ਦਿੰਦੇ ਨੇ ਗੁਲਦਸਤੇ, ਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਦਰੜ ਰਹੇ ਨੇ, ਖਹਿਰੇ ਤੇ ਪਰਚਾ, ਚੱਕ ਅੰਦਰ, ਜੇ ਬੇਲ ਹੋ ਗਈ ਫਿਰ ਪਰਚਾ, ਜੇ ਕੋਈ ਕਾਂਗਰਸ ਦਾ ਹੋਰ ਲੀਡਰ ਸਿਰ ਚੁੱਕਦਾ ਚੱਲ ਪਰਚਾ, ਫਾਈਲਾਂ ਦਿਖਾਉਂਦੇ ਨੇ।
ਜੇ ਕੋਈ ਐਕਟਿਵਿਸਟ ਬੋਲਦਾ ਪਾਨਾ ਸਿੱਧੂ ਲੱਖਾ ਸਦਾਣਾ ਵਗੈਰਾ 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 ਠੋਕੀ ਚਲੋ, ਮੈਂ ਪੁੱਛਣਾ ਚਾਹੁੰਦਾ ਕਿ ਉੱਥੇ ਤੁਸੀਂ ਕਹਿੰਦੇ ਕਿ CBI ਤੇ ED ਤੰਗ ਕਰਦੀ, ਤੁਹਾਨੂੰ ਭਾਜਪਾ ਤੰਗ ਕਰਦੀ, ਕੀ ਉਹੀ ਰੁੱਖ ਤੁਹਾਡਾ ਪੰਜਾਬ ਦੇ ਵਿੱਚ ਨਹੀਂ ਗਾ? ਕਿ ਉਹੀ ਗੱਲਾਂ ਤੁਸੀਂ ਪੰਜਾਬ ਦੇ ਵਿੱਚ ਰਿਪੀਟ ਨਹੀਂ ਕਰ ਰਹੇ? ਡੂ ਨਾਟ ਬੀ ਡਬਲ ਫੈਸਟਿਡ, ਜਾਂ ਤਾਂ ਦੱਬ ਕੇ ਕਹੋ ਕਿ ਅਸੀਂ ਭਾਜਪਾ ਦੀ ਬੀ ਟੀਮ ਆ, ਜੋ ਦਿੱਲੀ ਸਾਡੇ ਨਾਲ ਹੋ ਰਿਹਾ ਅਸੀਂ ਪੰਜਾਬ ਦੇ ਨਾਲ ਵਿਰੋਧੀਆਂ ਨਾਲ ਕਰਨਾ ਹੀ ਕਰਨਾ ਵਾ। ਉੱਥੇ ਕਹਿੰਦੇ ਕੱਟੜ ਇਮਾਨਦਾਰ ਆ, ਸਿਸੋਡੀਆ ਔਰ ਸਤਿੰਦਰ ਜੈਨ ਪਿਛਲੇ 1.25 ਸਾਲ ਤੋਂ ਜੇਲ੍ਹ ਵਿੱਚ ਨੇ, ਸੁਪਰੀਮ ਕੋਰਟ ਨੇ ਬੇਲ ਰਿਜੈਕਟ ਕਰਤੀਆਂ, ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਆ ਕਿ ਇਹਨਾਂ ਆਮ ਆਦਮੀ ਪਾਰਟੀ ਦਾ ਸ਼ਰਾਬ ਘੁਟਾਲੇ ਵਿੱਚ 338 ਕਰੋੜ ਰੁਪਏ ਦੀ ਮਨੀ ਟ੍ਰੇਲ ਸਾਬਤ ਹੋ ਰਹੀ ਹੈ, ਫਿਰ ਵੀ ਕੱਟੜ ਇਮਾਨਦਾਰ ਹੈ ਤੇ ਸਾਨੂੰ ਸਮਗਲਰ ਕਹਿੰਦੇ ਨੇ ਪੰਜਾਬ ਦੀਆਂ ਸਟੇਜਾਂ ਤੇ ਆਣ ਕੇ, ਜਿਹਨਾਂ ਦੀਆਂ ਜ਼ਮਾਨਤਾਂ 3 ਮਹੀਨੇ 'ਚ ਹੋ ਗਈਆਂ, ਜਿਹਨਾਂ ਦੇ ਡਬਲ ਕੇਸ ਪਾਏ ਗਏ, ਜਿਹਨਾਂ ਦਾ ਨੌਂ ਜਿੰਨਾ ਵੀ ਕੋਈ ਐਵੀਡੈਂਸ ਸੀਗਾ। ਜਦੋਂ ਮੈਨੂੰ ਬੇਲ ਮਿਲਦੀ, ਆਨਰੇਬਲ ਜੱਜ ਸਾਹਿਬ ਨੇ ਕਿਹਾ ਦੇਰ ਇਜ਼ ਸਕੈਚੀ ਐਵੀਡੈਂਸ ਅਗੇਂਸਟ ਮਿਸਟਰ ਖਹਿਰਾ, ਸਕੈਚੀ ਮਤਲਬ ਕਿ ਐਵੇਂ ਟੁੱਟਵਾਂ ਜਿਹਾ ਇੱਕ ਐਵੀਡੈਂਸ ਲੱਭਾ ਇਹਨਾਂ ਕੋਈ ਐਵੀਡੈਂਸ। ਸੋ ਇਹਨਾਂ ਦੀ ਵੀ ਦੋਗਲੀ ਨੀਤੀ ਬੰਦ ਹੋਣੀ ਚਾਹੀਦੀ ਆ। ਅਸੀਂ ਗੱਠਜੋੜ ਦੇ ਨਾਲ ਆ, ਅਸੀਂ ਚਾਹੁੰਦੇ ਕਿ ਝਾੜੂ ਵਾਲੇ ਅਲੈਦਾ ਲੜਨ, ਅਸੀਂ ਅਲੈਦਾ ਲੜਾਂਗੇ, ਜਿੰਨੇ ਵੀ MP ਆਉਣਗੇ ਅਸੀਂ ਜਾ ਕੇ ਇੰਡੀਆ ਅਲਾਇੰਸ ਵਿੱਚ ਪਾਉਣੇ। ਸੋ ਪੰਜਾਬ ਦੇ ਵਿੱਚ ਜਿਹੜੀ ਇਹ ਗੱਲ ਕੀਤੀ ਜਾ ਰਹੀ ਸੀ ਕਿ ਜੀ ਇਹ ਗੱਠਜੋੜ ਹੋਣਾ ਚਾਹੀਦਾ, ਇਹ ਕੋਈ ਤੁੱਕ ਨਹੀਂ ਬਣਦੀ, ਕੋਈ ਸੈਂਸ ਨਹੀਂ ਗੀ। ਨੰਬਰ 1 ਪਾਰਟੀ MLA ਦੇ ਹਿਸਾਬ ਨਾਲ, ਨੰਬਰ 2 ਪਾਰਟੀ ਨਾਲ ਰਲ ਕੇ ਅਤੇ ਨੰਬਰ 4 ਪਾਰਟੀ ਨੂੰ ਡਿਫੀਟ ਕਰ ਰਹੀ ਆ। ਮੈਂ ਸਮਝਦਾ ਜੋ BJP ਦਾ ਰਵੱਈਆ ਕਿਸਾਨਾਂ ਦੇ ਪ੍ਰਤੀ ਰਿਹਾ, ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ, ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸਾਨੀ ਵਿੱਚ ਹੋਰ ਵੀ ਵਿਰੋਧ ਹੋਵੇਗਾ, ਕਿਉਂਕਿ ਇਹਨਾਂ ਨੇ ਕੋਈ ਲਾਗੂ ਨਹੀਂ ਕੀਤਾ ਕੁਛ ਵੀ। ਸਵਾਮੀਨਾਥਨ ਨੂੰ ਭਾਰਤ ਰਤਨ ਦਿੱਤਾ, ਪਰ ਸਵਾਮੀਨਾਥਨ ਦੀ ਜਿਹੜੀਆਂ ਰੈਕਮੈਂਡੇਸ਼ਨਸ ਹੈ MSP ਨੂੰ ਲੈ ਕੇ, C2+50% ਪ੍ਰੋਫਿਟੇਬਲ MSP ਅੱਜ ਤੇ ਲਾਗੂ ਨਹੀਂ। ਇਸ ਕਰਕੇ ਇਹ ਸਾਰੇ ਮੁੱਦੇ ਅੱਜ ਡਿਸਕਸ ਹੋਣਗੇ। ਨਵਜੋਤ ਸਿੱਧੂ ਨੇ ਤੁਹਾਡਾ ਸਮਰਥਨ ਕੀਤਾ ਜੀ, ਤੇ ਹੁਣ ਨਵਜੋਤ ਸਿੱਧੂ ਨੂੰ ਜਿਹੜਾ ਨਵਜੋਤ ਸਿੰਘ ਸਿੱਧੂ ਸਾਡੇ ਸਤਿਕਾਰਯੋਗ ਭਰਾ, ਮੇਰੇ ਜ਼ਾਤੀ ਤੌਰ ਤੇ ਅਗਰ ਉਹ ਮੇਰੇ ਕੋਲ ਆਏ, ਮੈਂ ਵੀ ਗਿਆ ਉਹਨਾਂ ਦੇ ਕੋਲ, ਔਰ ਸਾਡਾ ਯਤਨ ਹੋਵੇਗਾ ਕਿ ਸਾਰੀ ਪਾਰਟੀ ਇਕਮੁੱਠ ਹੋਵੇਗੀ। ਅਗਰ ਕੋਈ ਅੱਜ 19-21 ਰਹਿ ਗਿਆ, ਹਲੇ ਬਹੁਤ ਸਾਡੇ ਕੋਲ ਸਮਾਂ ਵੀ ਰਿਪੇਅਰ ਹੈ। ਸਿੱਧੂ ਦੇ ਹੱਕ 'ਚ ਆਵਾਜ਼ ਚੁੱਕੋਗੇ ਖੜਗੇ ਸਾਹਿਬ ਕੋਲ ਜੀ, ਤੁਹਾਡੇ ਹੱਕ 'ਚ ਉਹਨਾਂ ਨੇ ਆਵਾਜ਼ ਚੁੱਕੀ ਸੀ? ਅਸੀਂ ਦੇਖੋ, ਮੈਂ ਜਿੱਦਾਂ ਪਹਿਲਾਂ ਕਿਹਾ ਕਿ ਸਿੱਧੂ ਸਾਹਿਬ ਜੇਲ੍ਹ 'ਚ, ਮੈਂ ਉਹਨਾਂ ਨੂੰ ਮਿਲਣ ਗਿਆ, ਉਹਨਾਂ ਦੇ ਘਰ ਚੱਲ ਕੇ ਗਿਆ, ਔਰ ਮੈਂ ਕਿਹਾ ਕਿ ਅੱਛੇ ਆਗੂ ਨੇ ਕਰਾਂਗੇ ਗੱਲ, ਸਾਰੀ ਬੈਠ ਕੇ ਗੱਲਾਂ ਬਾਹਰ ਪਲੈਟਫਾਰਮ 'ਤੇ ਨਹੀਂ ਕੀਤੀਆਂ। ਧੰਨਵਾਦ।